ਲੋ ਬਾਈ ਮਸ਼ੀਨਾਂ ਕੇ ਵੀ ਨਵੇਂ ਨਵੇਂ ਰੰਗ ਆਊ ਨਾ, ਤੂੜੀ ਇਕੱਠੀ ਹੋ ਜਾਏ ਸਮਾਂ। ਹਾਂਜੀ ਠੀਕ ਆ ਠੀਕ ਆ, ਇਹ ਚੀਜ਼ ਉਹ ਨਵੀਂ ਮੈਂ ਪਹਿਲੀ ਵਾਰੀ ਦੇਖੀ ਆ ਵੀਰ, ਜਦ ਕੇ ਖੇਤੀ ਕਰਨ ਲੱਗੇ। ਅੱਛਾ ਯੋ ਦੇਖੋ ਇੱਧਰ ਵੀ ਦੇਖੋ, ਉਹ ਤੇਰੀ ਬਸ ਵੀਰੇ ਬਸ ਬੈਗ ਪਏ ਆ ਸਾਰੇ। ਐਨੀਮਲ ਸੈਕਸ਼ਨ ਬਹੁਤ ਵੱਡਾ ਐਨੀਮਲ ਸੈਕਸ਼ਨ ਆ ਰਿਹਾ, ਉਸ ਤੋਂ ਬਾਅਦ ਮੇਨ ਅਟ੍ਰੈਕਸ਼ਨ ਤਕਰੀਬਨ ਪੰਜਾਬ ਦੇ ਪੁਰਾਤਨ ਸੱਭਿਆਚਾਰ ਦੀ ਪ੍ਰਦਰਸ਼ਨੀ ਬਈ, 3,350 ਆਈਟਮ ਪੁਰਾਣੇ ਗੱਡਾ ਠੀਕ ਹੈ, ਹਲ ਛੋਟੇ ਖੇਤੀਬਾੜੀ ਦੇ ਪੁਰਾਣੇ ਸੰਦ, ਪੁਰਾਣੇ ਕੁਆਇੰਸ, ਬਹੁਤ ਸਾਰੀਆਂ ਟੀਵੀ ਰੇਡੀਓ ਪੁਰਾਣੇ, ਜੋ ਚੀਜ਼ਾਂ ਅੱਜ ਕੱਲ ਦੀ ਜਨਰੇਸ਼ਨ ਨੂੰ ਨਹੀਂ ਦੇਖੀਆਂ, ਸਾਰਾ ਕੁਝ ਇੱਥੇ ਪਹੁੰਚ ਚੁੱਕਿਆ। ਉਹ ਇੱਧਰ ਕੰਪਨੀਆਂ ਦੇ ਨਾਲ ਹੀ ਕੰਮ ਚੱਲੇ ਰਿਹਾ ਬਾਈ, ਇੱਧਰ ਬਾਈ ਦਿਲਪ੍ਰੀਤ ਵੀਰੇ ਗਏ ਫੈਨਸ ਸਬਸਕ੍ਰਾਈਬਰ ਜਿਹੜੇ ਦੇਖਾਂ ਬਾਈ ਨੂੰ ਮਿਲਣ ਆ ਰਹੇ ਦੂਰ ਦੂਰ ਤੇ। ਬਾਈ ਮੇਲੇ ਦੇ ਇੱਕ ਦਿਨ ਪਹਿਲਾਂ ਦਾ ਵਿਊ ਦਿਖਾਵਾਂ ਤੁਹਾਨੂੰ ਮੇਲੇ ਦਾ, ਦੇਖੋ ਕਿਆ ਕੁਛ ਹੋ ਰਿਹਾ ਕਿਆ ਕੁਛ ਨਹੀਂ ਬਾਈ ਉਰਾ, ਹਲੇ ਕੰਮ ਨਾ ਚੱਲ ਰਿਹਾ, ਸਟਾਲਾਂ ਲੱਗ ਰਹੀਆਂ ਬਾਈ, ਪਿੱਛਾ ਵੀ ਹਲੇ ਚੱਲ ਰਿਹਾ ਕੰਮ ਹੈ ਨਾ। ਇੱਧਰ ਬਾਈ ਦਸ਼ਮੇਸ਼ PDC ਸਾਰੇ ਆਏ ਹੋਏ ਬਾਈ, ਇਹ ਦਸ਼ਮੇਸ਼ ਗਏ ਦੇਖੋ, ਇੱਧਰ ਚੱਕ, ਇੱਧਰ PDC, ਜਿੰਨੇ ਮਰਜ਼ੀ ਜੋ ਮਰਜ਼ੀ ਹੈ। ਲੈ ਉਹ ਵੀ ਆ ਗਈ ਬਰਾਊਨ ਕੁੜੀ ਵੀ ਆ ਗਈ ਤੇਰੀ, ਇਹ ਦੇਖ ਚੱਕ ਚਾਹ ਮੱਠੀ ਭਗਵਾਨ ਵਾਲੇ ਆ ਉਹ ਹੈ, ਇਹੋ ਹੀ ਉਸ ਗਈ ਗੂੜਾ ਬਰਾਊਨ ਕੁੜੀ ਨਹੀਂ ਲਿਖਰ ਕਰਨਾ। ਬਾਕੀ ਨਾ ਆਪਣੇ ਏਰੀਏ ਮਾ ਨਾ ਬਾਈ ਇਨਕੀ ਨਾ PDC ਵਾਲਿਆਂ ਕੀ ਫਾਰਮ ਆ ਸਾਰਿਆਂ ਦੇ ਬੜੀ, ਆਪਣਾ ਬੜੀ ਕਿਆ ਆਪਣੇ ਏਰੀਏ ਮਹਾਰਾਜਪੁਰਾ ਤਾਂ ਇੰਨੇ ਸਟਾਲ ਸਭ ਤੋਂ ਬੜਾ ਲੇ ਰੱਖਿਆ ਉਰਾ ਹੈ ਨਾ, ਸਭ ਤੋਂ ਬੜਾ ਸਟਾਲ ਇਨਕਾ PDC ਕਾਲਾ। ਬਾਕੀ ਹਰਜੀਤ ਡੈਰੀ ਫਾਰਮ ਬਾਕੀ ਸਾਰੇ ਆਉਣੇ ਯਾਰ ਹੌਲੀ ਹੌਲੀ ਨਾ ਕਰਕਾ। ਇੱਧਰ ਜਗਤਜੀਤ ਵਾਲੇ ਆ ਗਏ ਬਾਈ, ਇੱਧਰ ਸਾਧੂ ਵਾਲੇ ਵੀ ਆ ਗਏ ਬਾਈ, ਇਹ ਸਾਹਮਣੇ ਦੇਖੋ ਸੰਗਰਿਆਂ ਵਾਲੇ, ਅੱਜੋ ਵੀਡੀਓ ਬਣਾ ਲਏ ਸਾਰਿਆਂ ਕੀ ਹੈ। ਬਾਕੀ ਹਾਂ ਕੱਲ੍ਹ ਨੂੰ ਪੈਦਲ ਔਖਾ ਹੋ ਜਾਵੇਗਾ, ਕੱਲ੍ਹ ਨੂੰ ਸਵੇਰੇ ਆਉਣਾ ਬੜਾ ਗਾ 6 ਵਜੇ ਬਾਈ। ਬਾਕੀ ਕੱਲ੍ਹ ਵਾਲੇ ਵੀ ਉਸਮਾਂ ਹੀ ਐਡ ਕਰਨੀ ਮੈਨੇ ਵੀਡੀਓ, ਵੈਸੇ ਤੁਹਾਨੂੰ ਦਿਖਾ ਰਿਹਾ ਕੱਲ੍ਹ ਨੂੰ ਵੀ ਕਿਆ ਹੋਵੇਗਾ ਵੀ, ਅੱਜ ਵੀ ਦੇਖੋ ਕਿਆ ਚੀਜ਼ ਆ ਬਣੀ ਹੋਈ ਬਾਈ ਹੈ। ਇੱਧਰ ਹਲੇ ਅੱਧੀ ਕੰਪਨੀਆਂ ਆਏ ਨਹੀਂ ਬਾਈ, ਆ ਹੋ ਰਹੀ ਆ ਜੋ ਗੁਰਮੁਖ ਰੀਪਰ ਵਾਲੇ ਆ ਗਏ, ਇੱਧਰ ਹੀ ਉਹ ਪਤਾ ਨਹੀਂ ਕਿਹੜੇ ਆ ਸਰਦਾਰ ਵਾਲੇ ਆ ਗਏ ਬਾਈ, ਇੱਧਰ KS ਐਂਟਰਪ੍ਰਾਈਜ਼ ਟਾਇਰ, ਬਾਕੀ ਇੱਧਰ BKT ਹਲੇ ਟਾਇਰ ਆਇਆ ਨਹੀਂ, ਹਲੇ ਆਹ ਤਾਂ ਟਾਇਰ ਦੇਖਣੇ ਆਏ ਤੇ ਬਾਈ, ਸੱਚ ਪੁੱਛਿਆ ਤਾਂ ਹੈ ਬਈ ਹੈ ਐਵੇਂ ਤਾਂ ਟਾਇਰ ਦੇਖਣ ਆਏ ਤੇ ਬਾਈ, ਤੁਹਾਨੂੰ ਉੱਧਰ ਦੇ ਦਿਖਾਉਣ ਟਾਇਰ ਬਾਈ। ਉੱਧਰ ਕਰਤਾਰ ਵਾਲੇ ਵੀ ਆਏ, ਕਰਤਾਰ ਟਰੈਕਟਰ ਵੀ ਲੈ ਕੇ ਆਵਾਂਗੇ, ਨਹੀਂ ਚੜਾਉਂਦਾ ਇਹ ਦੇਖੋ ਬਾਈ ਰੇਡੀਅਲ ਟਾਇਰ ਉਹ ਵਾਲੇ ਜਿਹੜਾ ਆਪਾਂ ਨੇ ਪਵਾਇਆ ਉਹ ਪੜਿਆ ਬਾਈ ਸਭ ਤੋਂ ਤਲਾ। ਇੱਧਰ ਉਹ ਕਿਹੜੀ ਕੰਪਨੀ ਆ ਸਰਵਣ ਐਗਰੋ ਵਾਲੇ, ਇਨਕੀ ਵੀਡੀਓ ਪੜੀ ਆਪਣੇ ਚੈਨਲ ਤੋਂ ਬਾਈ, ਉਹ ਇੱਕ ਬੋਰਡ ਜਿਹਾ ਨਹੀਂ ਦਿਖ ਰਿਹਾ ਜਿਹੜਾ ਬੋਰਡ ਕਹਿ ਰਹੇ ਵੀ ਪਤਾ ਨਹੀਂ ਸਭ ਤੋਂ ਬੜਾ ਬੋਰਡ ਆਇਆ ਵਗੈਰਾ ਹੈਂ। ਇੱਧਰ ਪਾਰਕਿੰਗ ਰਹਾਵੀ ਸਾਰੀ ਵਾਧੂ ਆਪਣੀ ਪਾਰਕਿੰਗ ਨਾ, ਇੱਧਰ ਬਾਈ ਸਪੇਅਰ ਪਾਰਟ ਸਾਰਾ ਕੁਝ ਮਿਲਣਾ ਦਾ ਨਾ। ਬਾਕੀ ਬਾਈ ਗਰਮੀ ਦਾ ਮੁੱਖ ਧਿਆਨ ਰੱਖਿਆ ਗਿਆ, ਸਾਰਿਆਂ ਪੱਖੇ ਲੱਗੇ ਹੋਏ A to Z ਜਿੰਨੇ ਵੀ ਹੋ ਸਕਿਆ, ਅਗਲੇ ਨੇ ਆਪਣੇ ਕੰਨੀ ਤਾਂ ਪੂਰਾ ਕਰਿਆ ਵੀ, ਬਾਕੀ ਕੱਲ੍ਹ ਨੂੰ ਮੌਸਮ ਦਾ ਸਾਫ ਹੈ ਵੀਰੇ। ਤਾਂ ਬਾਈ ਇੱਧਰ ਕੰਪਨੀਆਂ ਦੇ ਨਾਲ ਹੀ ਕੰਮ ਚੱਲੇ ਰਿਹਾ ਬਾਈ, ਇੱਧਰ ਬਾਈ ਦਿਲਪ੍ਰੀਤ ਵੀਰੇ ਗਏ ਫੈਨਸ ਸਬਸਕ੍ਰਾਈਬਰ ਜਿਹੜੇ ਦੇਖਾਂ ਬਾਈ ਨੂੰ ਮਿਲਣ ਆ ਰਹੇ ਦੂਰ ਦੂਰ ਤੇ, ਬਾਈ ਵੀ ਮਿਲ ਗਿਆ ਆਪਾਂ ਨੂੰ, ਬਾਈ ਸਰਹੰਦ ਦੇ ਆ ਬਾਈ ਦਿਲਪ੍ਰੀਤ ਢਿੱਲੋਂ ਵਲੌਗ, ਇਹ ਬਾਈ ਵੀ ਉਰੇ ਘੁੰਮ ਰਿਹਾ ਸਾ, ਬਾਈ ਕਰਕੇ ਹੀ ਮੇਰੀ ਮੁਲਾਕਾਤ ਹੋਈ ਸੀ,
ਬਾਈ ਕਰਕੇ ਮਿਲਣ ਆਇਆ ਤਾ, ਬਾਈ ਨੇ ਸਟੋਰੀ ਪਾ ਰੱਖੀ ਸੀ, ਮੈਂ ਚਲੋ ਮਿਲਕਾ ਵਾ, ਗੱਲ ਮਿਲਿਆ ਗਾ ਦੇਖਾ ਵਾ ਕਿੰਨਾ ਕੁ ਪ੍ਰੋਸੈਸ ਹੋਇਆ ਹੋਇਆ ਕਿੰਨਾ ਕੁ ਨਹੀਂ ਉਹ ਸਾਰਾ। ਬਾਕੀ ਹਾਲੇ ਹੋਰ ਨਾ ਬਹੁਤ ਸਾਰੇ ਮਤਲਬ ਆਉਣੀ ਜਿਹੜੀ ਛੋਟੀ ਸਟਾਲਾਂ ਨਾ ਉਹ ਹਾਲੇ ਸਵੇਰੇ ਆਉਣਾ ਉਹਨੇ ਸਾਰਿਆਂ ਨੇ ਬਾਈ। ਬਾਕੀ ਹਾਲੇ ਕੰਮ ਚਲੋ ਰਿਹਾ ਆ PDC ਵਗੈਰਾ, ਔਰ ਇੱਧਰ ਇਸਮਾਂ ਨਾ ਦੋ ਆਪਣੇ ਉਹ ਨਹੀਂ ਹੈ ਇਕੱਲਾ ਜ਼ਿਮੀਂਦਾਰਾਂ ਦਾ ਹੀ ਆਉਣਾ ਸਾਰਾ ਸਮਾਨ, ਆਪਣੇ ਉਸ ਪਸ਼ੂ ਪਾਲਣ ਵਾਲਿਆਂ ਵੀ ਆਉਣਾ। ਉਹ ਸਟਾਲ ਉੱਧਰ ਆ ਬਾਈ ਜਿਹੜਾ ਸ਼ੈੱਡ ਪੜਿਆ ਹੋਇਆ ਨਾ, ਉਸਮਾਂ ਸਾਰੇ ਆਪਣੇ ਜਿਤਨੇ ਵੀ ਪਸ਼ੂ ਆਪਣੇ ਰੱਖੇ ਹੋਵਾਂ ਬਾਈ, ਗਾਂ ਮੈਸਾਂ ਬੱਕਰੀਆਂ ਭੇਡਾਂ ਜੋ ਵੀ ਨਸਲੀ ਆਪਾਂ ਪੀਊਗੇ ਮੇਲਾ ਜਿਸ ਤਰ੍ਹਾਂ ਆਪਾਂ ਦੇਖਾਂ ਲੁਧਿਆਣਾ ਬਾਈ, ਉਹ ਬਾਈ ਉਹੀ ਸਾਰਾ ਸਿਸਟਮ ਪੂਰਾ ਹੋਵੇਗਾ, ਉਸਦੇ ਬਰਾਬਰ ਹੋਵੇਗਾ, ਕੋਈ ਚੀਜ਼ ਘੱਟ ਨਹੀਂ ਹੋਣੀ, ਤੁਹਾਨੂੰ ਫੀਲ ਨਹੀਂ ਹੋਣੇਗਾ ਵੀ ਹਾਂ ਯਾਰ ਮੇਲਾ ਛੋਟਾ ਵੀ ਇਸ ਤਰ੍ਹਾਂ ਗਾ ਵੀ ਛੋਟੇ ਟਾਈਪ ਵਾਲਾ ਨਹੀਂ, ਇਹ ਤਕੜੀ ਗੱਲਬਾਤ ਆ। ਬਾਕੀ ਏਸ਼ੀਆ ਦੀ ਸਭ ਤੋਂ ਬੜੀ ਮੰਡੀ ਆ, ਜਗ੍ਹਾ ਖੁੱਲ੍ਹੀ ਡੁੱਲੀ ਆ, ਬਾਕੀ ਬਰਸਾਤ ਦੇ ਮੀਂਹ ਅਤੇ ਡਰਨੇ ਕੋਈ ਘਬਰਾਉਣੇ ਵਾਲੀ ਬਾਤ ਨਹੀਂ ਬਾਈ, ਪੱਕੀ ਮੰਡੀ ਹੈ। ਦੇਖੋ ਸਾਰਾ ਦੇਖੋ ਅਰੇਂਜਮੈਂਟ ਪੂਰਾ, ਬਾਕੀ ਇੱਧਰ ਸਟੇਜ ਲਗਾਂਗੇ ਇੱਧਰ ਬਾਈ, ਸਿਸਟਮ ਤਕੜੀ ਲੈਵਲ ਦੀ ਗੱਲਬਾਤ ਆ। ਇੱਧਰ ਅਮਨ ਆਰ ਫਿਰ ਰਹੇ ਬਾਈ, ਲਓ ਬਾਈ ਵੀ ਫ੍ਰੀ ਹੋ ਗਿਆ। ਹਾਂਜੀ ਕਿਆ ਹਾਲ ਚਾਲ ਆ ਬਾਈ ਕੀ ਚੜ੍ਹਾਈ ਆ ਬਾਈ, ਸਬਸਕ੍ਰਾਈਬਰ ਜਦੀ ਮਿਲਣ ਆ ਜਾ ਬਾਈ, ਹੈ ਉਹ ਠੀਕ ਠਾਕ ਆ। ਅੱਜ ਮੈਂ ਕਿਹਾ ਚਲੋ ਰਿਹਾ ਕੰਮ ਪੂਰਾ ਤਕੜੇ ਲੈਵਲ ਦੀ ਗੱਲਬਾਤ ਆ ਬਾਈ, ਪੈਸੇ ਜਦੋਂ ਕਿ ਲੱਗੀ ਪਈ ਆ। ਹਾਂ ਦੇਖ ਲੈ ਤੂੰ, ਮੈਂ ਕਹਿੰਦਾ ਸਾਰਾ ਸਵਾਦ ਆ ਗਿਆ ਚੀਜ਼ ਯਾਰ, ਖੁਸ਼ੀ ਹੋ ਰਹੀ ਇੱਕ ਨਾ, ਮੈਨੂੰ ਤਾਂ ਉਹ ਖੁਸ਼ੀ ਹੋ ਰਹੀ ਹੈ ਵੀਰ ਦਾ। ਜਿੱਦਣ ਫੋਨ ਆਇਆ ਨਾ ਮੈਨੂੰ ਮੈਨੇਜਮੈਂਟ ਵਾਲਾ ਦਾ ਵੀਰ ਦਾ, ਹਾਂ ਕਹਿੰਦਾ ਵੀ ਦਿੱਤੀ ਸੀ, ਮੈਂ ਹਾਂਜੀ ਕਹਿੰਦਾ ਵੀ ਵੀਰੇ ਆਪਾਂ ਨੇ ਐਡ ਕਰਵਾਉਣੀ, ਮੈਂ ਕੋਈ ਗੱਲ ਨਹੀਂ ਵੀਰੇ, ਮੈਂ ਫਿਰ ਕੌਣ ਕਹਿੰਦਾ ਵੀ ਆਪਾਂ ਕਿਸਾਨ ਮੇਲਾ ਕਮੇਟੀ 'ਚ ਬੋਲ ਰਹੇ ਹਾਂ ਰਾਜਪੁਰੇ ਤੋਂ, ਠੀਕ ਹੈ ਕਹਿੰਦਾ ਵੀ ਵੀਡੀਓ ਕਰਨੀ, ਮੈਂ ਵੀਰੇ ਜੋ ਮਰਜ਼ੀ ਹਾਜ਼ਰ ਹੈ, ਸਾਡੇ ਤਾਂ ਏਰੀਏ 'ਚ ਹੋ ਰਿਹਾ, ਸਾਨੂੰ ਤਾਂ ਖੁਸ਼ੀ ਬਹੁਤ ਹੈ ਇਸ ਚੀਜ਼ ਦੀ। ਉਸ ਦਿਨ ਤੇਰੇ ਗੱਲ ਬਾਤ ਹੋਈ ਨਹੀਂ, ਵੀਰਾਂ ਗੱਲ ਬਾਤ ਹੋਈ, ਕਹਿ ਰਿਹਾ ਕਿ ਮੈਂ ਕੋਈ ਚੱਕਰ ਨਾ ਕਰਾ, ਮੈਂ ਤਾਂ ਉਹ ਖੁਸ਼ੀ ਆ ਸਾਂਝੇ ਨੂੰ, ਚਾਰ ਦਿਨ ਮੈਂ 10-10 ਗੇੜੇ ਵੀ ਲਾਵਾਂਗੇ, ਮੈਂ ਤਾਂ ਸਾਰੇ ਪਿੰਡ ਦਾ ਔਕਾ ਦਵਾਉਣਾ ਬਈ, ਜਾ ਆਪਣਾ ਜੋ ਮਰਜ਼ੀ ਜਿਸ ਮਰਜ਼ੀ ਕਰ ਤੂੰ ਹੈ। ਮੈਂ ਉਹੀ ਗੱਲ ਕਰਦਾ, ਆਪਾਂ ਨੂੰ ਜਿਸ ਤਰ੍ਹਾਂ ਲੁਧਿਆਣਾ ਬਾਈ 100-150 ਕਿਲੋਮੀਟਰ ਪੜਦਾ, ਮੈਂ ਆਪਣੇ ਨੇੜਾ ਚੀਜ਼ ਆ ਰਹੀ ਇੱਕ ਵਾਰੀ ਜ਼ਰੂਰ ਦੇਖੋ। ਮੈਂ ਤਾਂ ਜਿਹੜੇ ਕਿਸਾਨ ਵੀਰ ਵੀ ਨੇ ਉਹਨੂੰ ਵੀ ਕਿਹਾ ਵੀ ਜ਼ਰੂਰ ਦੇਖੋ, ਕੁਛ ਨਾ ਕੁਛ ਨਵੀਂ ਚੀਜ਼ ਦੇਖਣੇ ਨੂੰ ਮਿਲਦੀ ਮਿਲਦੀ ਹੈ ਮਿਲਦੀ ਹੈ ਮਿਲਦੀ ਹੈ ਹਰੇਕ ਪ੍ਰੋਡਕਟ ਤੇ ਜਿਹੜਾ ਹੁਣ ਮਤਲਬ ਕਿਸੇ ਨੂੰ ਚਲੋ ਆ ਜਾਓ, ਛੋਟੀ ਤੋਂ ਛੋਟੀ ਚੀਜ਼ ਵੀ ਚਾਹੀਦੀ ਆ, ਮਸ਼ੀਨਰੀ ਵੀ ਹੈ ਇੱਥੇ, ਪਸ਼ੂਆਂ ਦਾ ਵੀ ਆਉਣਾ ਸਾਰਾ ਕੁਝ, ਹੋਰ ਵੀ ਬਹੁਤ ਚੀਜ਼ਾਂ ਯਾਰ ਆਪਾਂ ਦੇਖਦੇ ਨਹੀਂ, ਨਵੀਂ ਤੇ ਨਵੀਂ ਚੀਜ਼ਾਂ, ਸਪੇਅਰ ਪਾਰਟ ਬਹੁਤ ਤਰ੍ਹਾਂ ਦੇ ਆਉਣੇ ਆ ਆਪਾਂ, ਕੰਬਾਈਨਾਂ ਦਾ ਸਪੇਅਰ ਪਾਰਟ, ਨਟ ਬੋਲਟ, ਬੈਂਟਰੀ, ਪਤਾ ਨਹੀਂ ਗੱਡੀਆਂ ਵੀ ਇੱਥੇ ਆ ਪਹੁੰਚਣੀਆਂ ਨੇ ਮੇਲੇ ਦੇ, ਮੇਲੇ ਮੈਂ ਬੋਲਸ ਵੈਗਨ ਵੀ ਲੱਗੀ ਹੋਈ ਹੈ ਨਾ, ਸਟੋਲ ਵੀ ਪਹੁੰਚ ਰਹੀਆਂ, ਜਿਹੜੀਆਂ ਨਈ ਨਵੀਆਂ ਹੁਣ ਹਾਈਬ੍ਰਿਡ ਗੱਡੀਆਂ ਬੜੀਆਂ ਆ ਗਈਆਂ ਨੇ, ਹਾਂ ਹਾਂ, ਉਹ ਚੀਜ਼ਾਂ ਬਾਰੇ ਅਵੇਅਰ ਨਹੀਂ ਹਰ ਇੱਕ ਨੂੰ, ਪਤਾ ਨਹੀਂ ਮੇਲੇ 'ਚ ਆਊਗਾ ਬੰਦਾ ਇੱਥੇ ਕਿਹੜੇ, ਕੋਈ ਚਾਰ ਜਾਂ ਕੋਈ ਟਿਕਟ ਲੱਗਣੀ ਆ ਬੰਦਾ ਹੋਣਾ, ਪਰ ਮੈਂ ਇਹ ਕਹਿ ਰਿਹਾ ਇੱਕ ਦਿਨ ਮੈਂ ਆਪਾਂ ਸਾਰੀ ਚੀਜ਼ਾਂ ਦੇਖ ਲੈਣੀ, ਹਾਂ ਇੱਕ ਦਿਨ ਦੇਖ ਲਾਂਗੇ, ਇੱਕ ਵੀਡੀਓ ਦੇਖਣੀ ਹੈ ਬਹੁਤੇ ਵੀ ਸੋਚਾਂਗੇ ਵੀ, ਹਾਂ ਇੱਕ ਵੀਡੀਓ ਦੇਖਣੇ ਦੇ ਕੁਝ ਹੋਰ ਆ, ਇੱਕ ਫਿਜ਼ੀਕਲੀ ਵਿਜ਼ਿਟ ਕਰਾਂਗੇ ਉਹ ਚੀਜ਼ ਦਾ ਅਲੱਗ ਹੋਆ ਪਤਾ ਲੱਗਾ ਨੇਚਰ ਦਾ ਵੀ, ਹਾਂ ਇਹ ਚੀਜ਼ਾਂ ਕਿਆ ਮਟੀਰੀਅਲ ਹੈ ਕਿਆ ਨਹੀਂ ਸਭ ਕੁਝ ਪਤਾ ਲੱਗਦਾ ਬਾਈ, ਇੱਥੇ ਕੰਪੈਰੀਜ਼ਨ ਕਰ ਸਕਦੇ ਇੱਕ ਦੂਜੇ ਨਾਲ, ਹਾਂ ਇਹ ਚੀਜ਼ ਬੜੀ ਵਾਹ ਆ, ਰੀਕਾਬੇਟਰ ਸੁਪਰ ਸੀਟਰ ਨੂੰ ਹਰ ਇੱਕ ਫਰਮੇ ਆਪਣੇ ਤਿਆਰ ਕਰਨ ਲੱਗ, ਹਾਂ ਸੁਪਰ ਸੀਟਰ ਦਾ ਕਰੇਜ਼ ਤਾਂ ਹੁਣ ਤਕਰੀਬਨ ਇਹਦੀ ਜ਼ਰੂਰਤ ਤਾਂ ਹੁਣ ਘੱਟ ਘੱਟ ਹੀ ਹੋਊਗੀ। ਬਾਕੀ ਬ੍ਰਾਉਨ ਕੁੜੀ ਪਹੁੰਚਿਆ ਕਿ ਵੀਰ, ਹਾਂਜੀ ਹਾਂ ਉਹ ਦੇਖੋ ਸਾਹਮਣੇ ਹੀ, ਦੇਖੋ ਇੱਧਰ ਪੜੀ ਆ, ਅੱਛਾ ਆ ਗਈ ਭਗਵਾਨ, ਬਿਲਕੁਲ ਬਿਲਕੁਲ ਨਹੀਂ ਇਹ ਸਨਮਾਨ ਵੀ ਕਰ ਬੁਲਾਉਣਾ, ਅੱਛਾ 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 ਉਹਨਾਂ ਦੀ ਆ ਗਈ ਤਬੀਅਤ, ਹੋਰ ਮੈਂ ਪਹਿਲਾਂ ਵੀ ਦਿਖਾ ਕੇ ਗਿਆ ਇੱਧਰ ਸਾਰਿਆਂ ਦਾ ਵਾਉਣਾ, ਠੀਕ ਹੈ ਠੀਕ ਹੈ ਬਾਕੀ ਆਪਣੀ ਸ਼ੇਪ ਨਹੀਂ ਚੱਲਦੀ, ਆਪਣੀ ਦੂਜੀ ਚੱਲਦੀ, ਆਪਣਾ ਦੂਸਰਾ ਚਲਾ ਯਾਰ, ਆਪਣੀ ਧਰਤੀ ਦਾ ਕੁਛ ਹੋਰ, ਛੋਟੀ ਜ਼ਮੀਨ ਤੇ ਡਾਕਰ ਦਾ ਫਰਕ ਰਹਿੰਦਾ, ਫਰਕ ਰਹਾਗਾ।
ਜੱਗੀ ਵਾਲੀ ਤਾਂ ਯਾਰ ਫਿਰ ਸਦਾ ਬਹਾਰ ਚੀਜ਼ਾਂ ਮਾਰਾ ਨਾ ਬਨੂੜ ਵਾਲਿਆਂ ਦੀ ਹੈਰੋ ਸਭ ਤੇ ਵੱਧ ਚਲਾ ਬਾਈ। ਹਾਂ ਉਹ ਬਨੂੜ ਵਾਲੇ ਬੰਦੇ ਆਪਣੇ ਜਾਣਕਾਰ ਆ ਕੇ ਐਸ ਡੀ ਵਾਲੇ, ਮੈਂ ਏ ਐਸ ਡੀ ਵਾਲੇ ਧਮਾਨ ਐਗਰੀ ਇੰਪਲੀਮੈਂਟ ਵਾਲੇ, ਉਹ ਬੰਦਿਆਂ ਦੀ ਸਭ ਤੇ ਵੱਧ ਹੈਰੋ ਵਿਕਾ ਆਪਣੇ ਏਰੀਏ ਮਾ ਸਭ ਤੇ ਵੱਧ। ਅੱਜ ਬਾਈ ਸਿੱਧੀ ਪੌੜੀ ਲਾਵਾਂਗੇ ਨਾ ਉੱਪਰ ਨੂੰ ਜਾਵਾਂਗੇ। ਹਾਂ ਬਾਕੀ ਇੱਧਰ ਬਾਬਾ ਜੀ ਬਲੌਗ ਬਣਾ ਰਿਹਾ ਦੇਖ, ਬਾਬੇ ਦਾ ਯੂਟਿਊਬ ਚੈਨਲ ਨੀ ਪਤਾ ਮਾਨੂੰ। ਬਾਕੀ ਸਭ ਤੋਂ ਵੱਡੀ ਸਟਾਲ ਬਾਈ ਪੀ ਡੀ ਸੀ ਕੀ ਆ, ਦੇਖੋ ਕੰਮ ਚੱਲ ਰਿਹਾ। ਇੱਧਰ ਹੋ ਜਾ ਦਿਲਪ੍ਰੀਤ, ਕਦੀ ਉਈ ਹੱਥ ਹਿੱਲ ਜਾ, ਇਸਕਾ ਕਿਹੜਾ ਸਟੇਅਰਿੰਗ ਆ। ਪੂਰਾ ਚੱਲ ਰਿਹਾ ਬਾਈ ਕੰਮ, ਸੋਹਣਾ ਹਮੇ ਤਾਂ ਹੋਕੇ ਵੀ ਦਵਾ ਦੀਏ ਪਿੰਡਾਂ ਨੂੰ ਵੀ, ਆਪਦਾ ਬਹੁਤ ਬਹੁਤ ਪੁਰਾਣੇ ਵੀ ਸਹਿਯੋਗ ਦਿੱਤਾ ਸਾਰੇ ਇਹਦੇ ਵੀ ਮਿੱਤਰ ਸਾਰੇ ਜਿੰਨੇ ਵੀ ਸਾਨੂੰ, ਸਾਡਾ ਫਰਜ਼ ਵੀ ਬਣਦਾ ਅਸੀਂ ਲੋਕਲ ਹੋਣ ਦੇ ਨਾਂ ਤੇ। ਯਾਰ ਮਨ ਤੋਂ ਯੋਗ, ਬੜੀ ਖੁਸ਼ੀ ਦੀ ਬਾਤ ਆ ਮਾਰੇ ਪਿੰਡਾਂ ਮਾ ਹੋ ਗਿਆ ਇਹ ਚੀਜ਼, ਜਿਹੜੇ ਲੋਕ ਮਤਲਬ ਦੂਰ ਨਹੀਂ ਜਾ ਸਕਦੇ ਉਹ ਚੀਜ਼ ਠੀਕ 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 ਜੀ। ਜਿੰਦੇ ਤੇ ਲਾਈਵ ਸ਼ੋ ਹੋਏਗਾ ਕੱਲ, ਤਕਰੀਬਨ 5 ਤੋਂ 7 ਸਿੰਗਰ ਕੱਲ ਨੇ ਜੀ, ਤੇ 3 ਤਰੀਕ ਨੂੰ ਵੀ 5 ਤੋਂ 7 ਸਿੰਗਰ ਮੁੱਖ ਮਹਿਮਾਨ ਆ ਜਿਹੜੇ ਉਹ 2 ਤਰੀਕ ਨੂੰ ਆ ਰਹੇ, 2 ਤਾਰੀਕ ਨੂੰ ਵੀ ਆ ਰਹੇ ਨੇ, 3 ਨੂੰ ਵੀ ਆ ਰਹੇ ਨੇ। ਆਪਣੀ ਜਿਹੜੀ ਕਿਸਾਨ ਕਮੇਟੀ ਉਹਦੇ ਵਾਲੇ ਯੂਨੀਅਨ ਵਾਲੇ ਪ੍ਰਧਾਨ ਸਾਹਿਬ ਰਕੇਸ਼ ਟਕੈਤ ਜੀ ਦਾ ਟਾਈਮ 2 ਤਾਰੀਕ ਕੱਲ ਸਵੇਰ 10 ਵਜੇ ਦਾ ਮਿਲਿਆ ਹੋਇਆ ਜੀ। ਠੀਕ ਹੈ ਜੀ, ਵੈਸੇ ਤਾਂ ਸੀਐਮ ਸਾਹਿਬ ਦੀ ਵੀ ਉਮੀਦ ਸਾਨੂੰ ਕੱਲ ਦੀ ਹੀ ਹੈ ਜੀ, ਬਾਕੀ ਹੋਰ ਜਲਦੀ ਸਾਰੀਆਂ ਚੀਜ਼ਾਂ ਕਨਫਰਮ ਹੋ ਜਾਣਗੀਆਂ। ਜਿਵੇਂ ਤਿਆਰੀਆਂ ਸਵੇਰੇ ਚੱਲ ਰਹੀਆਂ ਤੇ ਉਹ ਹਿਸਾਬ ਨਾਲ ਲੱਗਦਾ ਨਹੀਂ ਤਾਂ ਵੀ ਹਨਾ ਐਡਾ ਪ੍ਰਬੰਧ ਵੀ ਸ਼ਾਮ ਤੱਕ ਕਵਰ ਹੋ ਜੂਗਾ ਹਨਾ। ਇਹ ਹਜੇ ਤਾਂ ਜੀ ਬਹੁਤ ਕੁਝ, ਤੁਸੀਂ ਜਿੰਨਾ ਦੇਖ ਰਹੇ ਹੋ ਇਹ ਕੁਝ ਵੀ ਨੀਗਾ, ਅੱਜ ਰਾਤ ਦੇ ਵਿੱਚ ਬਹੁਤ ਕੁਝ ਚੇਂਜ ਹੋ ਜਾਣਾ। ਜੋ ਤਾਂ ਉਹ ਹੋ ਰਿਹਾ ਕੰਮ ਦਿਲਪ੍ਰੀਤ ਵੀ, ਘੰਟਿਆਂ ਘੰਟਿਆਂ ਬਾਅਦ ਇਹ ਚੀਜ਼ ਬਦਲਦੀ ਜਾ ਰਹੀ ਆ ਸਵੇਰੇ। ਹਾਂ ਮਿੰਟਾਂ ਮਿੰਟਾਂ ਮੈਂ ਕਹਿਣਾ ਵੀਰ ਕੇ ਨਾ, ਸਵੇਰੇ ਕੁਝ ਗੱਲਬਾਤ ਹੋਰ ਸੀ, ਇਸ ਟਾਈਮ ਕੁਝ ਹੋਰ ਹੀ ਲੱਗ ਰਿਹਾ, ਸਵੇਰੇ ਆਣ ਕਾ ਪਤਾ ਨਹੀਂ ਲੱਗ ਜੀ। ਜਦੋਂ ਆ ਸੈਟਅਪ ਲੱਗ ਗਿਆ ਜੀ ਤੇ ਜਦੋਂ ਉਹ ਕੰਪਨੀਆਂ ਜਿਵੇਂ ਤੁਸੀਂ ਉਹ ਦੇਖੋ ਜੀ 30 ਫੁੱਟ ਉੱਚਾ, ਹਾਂ ਹਾਂ ਪੀ ਡੀ ਸੀਗਾ, ਬੀਕੇਟੀ ਟਾਇਰ ਏਸ਼ੀਆ ਦਾ ਸਾਰਿਆਂ ਨਾਲੋਂ ਵੱਡਾ ਟਾਇਰ ਇੱਥੇ ਪਹੁੰਚ ਚੁੱਕਿਆ। ਠੀਕ ਹੈ ਜੀ, ਅੱਧੇ ਘੰਟੇ ਘੰਟੇ ਬਾਅਦ ਉਹ ਹਜੇ ਉਹ ਆਪਦਾ ਲਗਾਉਣਾ ਸ਼ੁਰੂ ਕਰਨਗੇ, ਉਹਨਾਂ ਨੇ ਲਗਾਉਣਾ ਸ਼ੁਰੂ। ਹਾਂਜੀ ਮਤਲਬ ਉਹਨਾਂ ਨੂੰ ਵੀ, ਸਾਨੂੰ ਐਂ ਦੱਸ ਦਿਓ ਵੀ ਖੇਤੀਬਾੜੀ ਤੋਂ ਇਲਾਵਾ ਹੋਰ ਕੀ ਮਤਲਬ ਇੱਥੇ ਆ ਰਿਹਾ, ਜਿਵੇਂ ਆਪਾਂ ਉਹ ਗੱਲ ਕਰ ਰਹੇ ਸੀ ਵੀ ਉਧਰ ਪਸ਼ੂ ਵਾਲੇ। ਹਾਂਜੀ ਐਨੀਮਲ ਸੈਕਸ਼ਨ ਬਹੁਤ ਵੱਡਾ ਐਨੀਮਲ ਸੈਕਸ਼ਨ ਆ ਰਿਹਾ, ਉਸ ਤੋਂ ਬਾਅਦ ਮੇਨ ਅਟਰੈਕਸ਼ਨ ਤਕਰੀਬਨ ਪੰਜਾਬ ਦੇ ਪੁਰਾਤਨ ਸੱਭਿਆਚਾਰ ਦੀ ਪ੍ਰਦਰਸ਼ਨੀ ਬਈ, 3,3500 ਆਈਟਮ ਜੀ, ਪੁਰਾਣੇ ਗੱਡਾ ਠੀਕ ਹੈ, ਹਾਲ ਛੋਟੇ ਖੇਤੀਬਾੜੀ ਦੇ ਪੁਰਾਣੇ ਸੰਦ, ਪੁਰਾਣੇ ਕੁਆਇੰਸ, ਬਹੁਤ ਸਾਰੀਆਂ ਟੀਵੀ ਰੇਡੀਓ ਪੁਰਾਣੇ, ਜੋ ਚੀਜ਼ਾਂ ਅੱਜ ਕੱਲ ਦੀ ਜਨਰੇਸ਼ਨ ਨੂੰ ਨਹੀਂ ਦੇਖਿਆ, ਸਾਰਾ ਮਿਲੂ ਦੇਖਣ, ਸਾਰਾ ਕੁਝ ਇੱਥੇ ਪਹੁੰਚ ਚੁੱਕਿਆ ਹੈ। ਠੀਕ ਹੈ, ਰਾਤ ਨੂੰ ਸਾਰਾ ਸੈਟਅਪ ਹੋ ਰਿਹਾ, ਰਾਤ ਨੂੰ ਸਾਰਾ ਸੈਟਅਪ ਹੋ ਰਿਹਾ। ਹਾਂਜੀ, ਫਿਰ ਇਸ ਤੋਂ ਇਲਾਵਾ ਪੇਂਟਿੰਗ ਦੀ ਪ੍ਰਦਰਸ਼ਨੀ, ਸਵੇਰ ਤੁਸੀਂ ਇੱਥੇ ਦੇਖੋਗੇ ਨੌਜਵਾਨ ਕੁੜਤੇ ਚਾਦਰੇ ਲਾ ਕੇ ਆ ਰਹੇ ਹਾਂ। ਸਭ ਤੋਂ ਬੜੀ ਗੱਲ ਮੈਂ ਕੱਲ ਬਲੌਗਾਂ ਵਿੱਚ ਦੱਸਿਆ, ਵੀਰਾਂ ਨੇ ਪਾ ਰੱਖਿਆ ਵੀ ਕੁੜਤੇ ਜ਼ਿਆਦਾ ਕੁੜਤੇ ਚਾਦਰੇ ਪਾ ਕੇ, ਮੈਂ ਐਟਲੀਸਟ ਗਿਆ ਵੀ ਚਲੋ ਚਾਦਰੇ ਨਹੀਂ ਲਾਉਂਦੇ ਨਵੇਂ ਮੁੰਡੇ, ਵੀ ਕੁੜਤਾ ਪਜਾਮਾ ਤਾਂ ਜ਼ਰੂਰ ਪਾ ਕੇ ਆਓ। ਸਾਨੂੰ ਇੰਨੇ ਫੋਨ ਆ ਰਹੇ ਦਿਲਪ੍ਰੀਤ ਵੀਰੇ, ਵਿਜੇ ਵੀਰੇ ਵੀ ਕਹਿੰਦੇ ਅਸੀਂ ਬਈ ਜੀ ਸ਼ੌਂਕ ਨਾਲ ਲਾ ਕੇ ਆ ਰਹੇ ਹਾਂ, ਲੋਕੀ ਬਹੁਤ ਖੁਸ਼ ਹੈ। ਹਾਂ ਖੁਸ਼ ਆ ਸਕੇ, ਜਿੰਨੇ ਲੋਕ ਆਣਗੇ ਅਸੀਂ ਸਾਰਿਆਂ ਦੀ ਸਾਡੀ ਕੋਸ਼ਿਸ਼ ਹੋਏਗੀ ਕਿ ਉਹਨਾਂ ਨੂੰ ਸਟੇਜ ਤੇ ਲਿਜਾ ਕੇ ਉਹਨਾਂ ਦਾ ਨਾਮ ਵੀ ਅਨਾਉਂਸ ਸਨਮਾਨ ਕਰੇ, ਸਨਮਾਨ ਕਰ ਸਕੇ ਬਿਲਕੁਲ। ਅੱਗੇ ਵਾਸਤੇ ਦੇਖੋ ਪ੍ਰਾਈਡ ਪ੍ਰਾਊਡ ਫੀਲ, ਹਾਂ ਬੰਦਾ ਹੋਰ ਅੱਗੇ ਤੇ ਜਿਵੇਂ ਵੀ ਇਦਾਂ ਦੇ ਹਨਾ ਫੰਕਸ਼ਨ ਹੋਣਗੇ ਉੱਥੇ ਬੰਦਾ ਇਹ ਚੀਜ਼ ਦਾ ਉਪਰਾਲਾ ਕਰੂਗਾ। ਬਿਲਕੁਲ, ਜੇ ਇਹਨਾਂ ਚੀਜ਼ਾਂ ਵਾਸਤੇ ਹੀ ਆਪਾਂ ਵਾ ਕਰਾਂਗੇ ਨਾ ਯਾਰ, ਫਿਰ ਤਾਂ ਹੀ ਅਗਲਾ ਬਹੁਤ ਹਵਾ ਆ।
ਅੰਦਰ ਦੇ ਉਹ ਹੈਗਾ ਵੀ ਹਾਂ ਮੈਂ ਇਹ ਚੀਜ਼ ਕਰੂ ਪਾ ਕੇ ਆਊ, ਜੇ ਆਪਾਂ ਨੇ ਸਪੈਸ਼ਲ ਲਿਖਿਆ ਉਸ ਚੀਜ਼ ਵਾਸਤੇ, ਨਹੀਂ ਅਗਲਾ ਤਾਂ ਉਹੀ ਸੋਚਾ ਵੀ ਜੀਨਾ ਵਾਹ ਕਰਾਂਗਾ, ਆਪਣੇ ਸੱਭਿਆਚਾਰ ਨੂੰ ਬਚਾਉਣ ਦੀ ਵੀ ਕੋਸ਼ਿਸ਼ ਕਰੀ ਗਈ ਹੈ ਇਸ ਮੇਲੇ। ਬਹੁਤ ਬਹੁਤ ਸ਼ੁਕਰੀਆ ਸਰ, ਥੈਂਕ ਯੂ। ਠੀਕ ਹੈ ਵੀਰ ਜੀ, ਬਾਕੀ ਜਿਹੜੇ ਵੀਰ ਹੁਣ ਗੱਲ ਕਰਾਈਆਂ ਨੇ ਬਈ ਔਰਗਨਾਈਜ਼ਿੰਗ ਆ, ਜਿਹੜੇ ਸਾਰਾ ਕੁਛ ਕਰਿਆ ਆ ਮੇਲੇ ਕੀ, ਜੋ ਵੀ ਕੁਛ ਧਾਮ ਜਾਣ ਸਾਰਾ ਕੁਛ ਕਰਾਇਆ ਬਾਈ ਨੇ, ਇੱਕ ਟਾਈਪ ਲਾ ਲਓ ਓਨਰ ਆ ਬਾਈ ਨੇ, ਮੈਂ ਸਾਰੇ ਕੁਛ ਕਰ ਰਹੇ ਹਾਂ। ਬਾਕੀ ਕੰਮ ਚੱਲ ਹੀ ਰਿਹਾ ਬਾਈ, ਸਵੇਰ ਤੱਕ ਕੁਛ ਹੋਰ ਹੋ ਜਾਣਾ, ਪਰ ਉਹ ਕੱਲ੍ਹ ਨੂੰ ਆਵਾਂਗੇ ਤਾਂ ਸਾਰਾ ਕੁਛ ਨਾ ਆਪਾਂ ਉਰੀ ਜ਼ਿਆਦਾ ਮਿਲਾਂਗੇ। ਬਾਈ ਵੀ ਉਰੀ ਬੈਠਾ, ਦਿਲਪ੍ਰੀਤ ਵੀਰਾ ਵੀ 9999 ਆਇਆ ਆਪਣੀ ਸਟੋਰ ਨੰਬਰ ਆ ਐਮ ਜੀ ਗਰੁੱਪ ਵਾਲਿਆਂ ਦੀ, ਤਾਂ ਉਰੀ ਜ਼ਿਆਦਾ ਜੇ ਹੋਇਆ ਕਿਉਂਕਿ ਗਰਮੀ ਜ਼ਿਆਦਾ ਹੋਇਆ, ਪੱਖੇ ਪੁੱਖਿਆਂ ਦਾ ਲਾ ਹੈ ਬੰਦੇ ਨੂੰ ਬੈਠਣ ਵਾਲੀ ਚੀਜ਼ ਚਾਹੀਦੀ ਵਾ, ਤਾਂ ਇੱਧਰ ਹੀ ਜ਼ਿਆਦਾ ਮਿਲਾਂਗੇ ਬਾਈ। ਬਾਕੀ ਆਓ ਵੀਰੋ, ਬਹੁਤ ਖੁਸ਼ੀ ਗੱਲ ਆਪਣਾ ਆਪਣੇ ਇਲਾਕੇ ਮਾ ਚੀਜ਼ ਦੇਖਣ ਯੋਗ ਚੀਜ਼ ਆ, ਮੈਂ ਤਾਂ ਕਹੂੰਗਾ ਜ਼ਰੂਰ ਦੇਖਾ ਜਾਓ ਸਵੇਰ ਤੋਂ ਲੈ ਕੇ ਸਾਂਝ ਤੱਕ। ਆਪਣਾ ਜਿਹੜੇ ਵੀ ਡਿਊਟੀ ਵਾਲੇ ਬੰਦੇ ਆ ਉਹ ਜਦ ਮਰਜ਼ੀ ਆ ਸਕਾ, ਮੰਨ ਗਿਆ ਚੱਲ ਕੋਈ ਜ਼ਰੂਰੀ ਨਹੀਂ ਹੈ ਬਈ ਸਵੇਰ ਹੀ ਆਉਣਾ, ਦੁਪਹਿਰੇ ਨੂੰ ਸ਼ਾਮ ਨੂੰ ਜਿਸ ਮਰਜ਼ੀ ਟਾਈਮ ਆਓ, ਦੋ ਦਿਨ ਆਪਣਾ ਸਵੇਰ ਸਵੇਰ ਵੀ ਆ ਸਕਾਂ, ਘੁੰਮ ਕੇ ਜਾਓ, ਸ਼ਾਮ ਨੂੰ ਆ ਜਾਓ ਵੀਰ 5-6 ਵਜੇ ਦੇ ਬਾਅਦ ਜਦ ਡਿਊਟੀ ਖਤਮ ਹੋ ਜਾ, ਜਦ ਵੀ ਦੇਖ ਸਕਾਂ ਬਾਈ। ਲਓ ਮਿੱਤਰੋ ਇੱਧਰ ਬਾਈ ਸੋਲਰ ਵਾਲੇ ਵੀ ਸਾਰੇ ਇੱਧਰ ਆਪਣੇ ਬਿਲਕੁਲ ਓਪੋਜ਼ਿਟ ਆ ਬਾਈ, ਐਮ ਜੀ ਗਰੁੱਪ ਤੁਹਾਡੇ ਕੋਲੋਂ ਸੋਲਰ ਅਸੀਂ ਹੁਣ ਸਬਸਿਡੀ ਦੇ ਦਿਓ ਸਾਨੂੰ ਕੱਟ ਕੇ, ਨਹੀਂ ਜਿਹੜੇ ਕੱਲ ਨੂੰ ਲਾਈਟ ਨਾ ਆਈ ਵੀਰੇ ਥਰ ਪਈ ਰਹਿਣਾ ਮਨ ਥਰ, ਮੀਂਹ ਨੂੰ ਦੱਸਿਆ ਵਾ ਕਾਫੀ ਹੁਣ ਆਪਾਂ ਨੇ ਤੁਹਾਡੇ ਕੋਲ, ਤੇ ਆਪਣਾ ਕਿਵੇਂ ਹੁੰਦਾ ਜੀ ਪ੍ਰੋਜੈਕਟ ਸੋਲਰ ਵਾਲਾ? ਆ ਜਾਓ ਮਰ ਜਾ ਕੋਲ ਨੂੰ ਆ ਜਾਓ ਬਾਕੀ ਕੱਲ ਨੂੰ ਨਾ ਪ੍ਰੋਪਰ ਵੀਡੀਓ ਬਣਾਂਗੇ ਸਾਰੇ ਸ਼ੂਟ ਕਰਾਂਗੇ ਕਿਲੋ ਵਾਟਾਂ ਦੇ ਹਿਸਾਬ ਨਾਲ ਪੂਰਾ ਆਪਾਂ ਦੱਸਾਂਗੇ ਸਾਰਾ ਵੀ ਹਨਾ ਮੋਟਰ ਦੇ। ਠੀਕ ਠੀਕ ਹੈ ਜੀ, ਕੱਲ ਨੂੰ ਬਣਾਵਾਂਗੇ ਅੰਕਲ ਜੀ ਸਾਰਿਆਂ ਨੂੰ। ਲਓ ਬਾਈ ਇੱਧਰ ਪਹੁੰਚ ਗਏ ਬਾਈ ਸਟੈਂਡਰਡ ਕੰਬਾਈਨ, ਬਾਈ ਬਾਈ ਸਟੈਂਡਰਡ ਟਰੈਕਟਰ ਆ, ਮੈਂ ਦੇਖੋ ਬਾਈ ਕੀ ਵੀਡੀਓ ਨਾ ਇਹ ਚੀਜ਼ ਇਹ ਹੋਰ ਆ ਬਾਈ, ਟਰੈਕਟਰ ਵਾਲੇ ਵੀ ਆ ਸਾਰਾ ਕੁਛ, ਨਵੇਂ ਦੇ ਨਵੇਂ ਯਾਰ ਜਗਾੜ, ਕਿਉਂ ਕਮੈਨਾ ਕਾ ਵੀਰੇ ਆਪਾਂ ਨੂੰ ਪਤਾ ਨਹੀਂ, ਆਪਾਂ ਤਾਂ ਫਸਲ ਵਢਾਈ ਵਾਲੇ ਹਾਂ, ਬਾਕੀ ਸਾਰੀ ਚੀਜ਼ ਨਾ ਇਸ ਨੂੰ ਪਤਾ, ਦਿਲਪ੍ਰੀਤ ਵੀਰੇ ਨੂੰ ਪਤਾ ਸੀਗਾ ਹਿਸਾਬ ਕਿਤਾਬ ਕਿਆ ਕਿਆ ਨਹੀਂ ਬਾਈ, ਕਿਉਂ ਮੈਂ ਇਹ ਚੀਜ਼ਾਂ ਵਿੱਚ ਰਿਹਾ ਨਹੀਂ ਜ਼ਿਆਦਾ ਬਾਈ, ਆਪਾਂ ਨੇ ਕਦੀ ਚਲਾਈ ਨਹੀਂ, ਮੰਨ ਕੇ ਚਲੋ ਉਹ ਵੀਰੇ ਨੂੰ ਪਤਾ ਹਾਲੇ ਕੰਮ ਚੱਲ ਰਿਹਾ। ਦਿਲਪ੍ਰੀਤ ਵੀਰੇ ਥੋੜ੍ਹੀ ਕੰਬਾਈਨਾਂ ਦੀ ਵੀ ਨੌਲੇਜ ਦਿਓ ਮਾਰੇ ਸਬਸਕ੍ਰਾਈਬਰ ਨੂੰ ਜਿਹੜੀ, ਵਧੀਆ ਵਧੀਆ ਕੰਬਾਈਨਾਂ ਵਾਲੇ ਦਾ ਸਾਰੇ ਵੀਰ ਜਾਣਾ ਦਿਲਪ੍ਰੀਤ ਨੂੰ, ਠੀਕ ਠੀਕ ਹੈ ਠੀਕ ਹੈ ਠੀਕ ਹੈ। ਬਾਕੀ ਮਿੱਤਰੋ ਟੱਕਰ ਮਾਈ ਖੜੇ ਬੰਦੇ, ਇੱਧਰ ਸਟੈਂਡਰਡ ਉੱਧਰ ਕਰਤਾਰ ਕੰਬਾਈਨਸ, ਬਾਕੀ ਹੋਰ ਵੀ ਬਹੁਤ ਸਾਰੀ ਚੀਜ਼ਾਂ ਵੀਰੋ ਕੱਲ੍ਹ ਨੂੰ ਪਤਾ ਲੱਗਣੀ, ਜਿਹੜੀ ਚੀਜ਼ਾਂ ਨੇ ਖਾਲੀ ਪੜੀ ਨਾ ਖਾਲੀ, ਕੱਲ੍ਹ ਨੂੰ ਇੱਕ ਚੀਜ਼ ਵੀ ਨਹੀਂ ਦਿਖਣੀ, 1% ਵੀ ਜੇ ਪੈਰ 'ਚ ਧਰਨੇ ਨੂੰ ਵੀ ਜਗ੍ਹਾ ਹੋਵੇਗੀ ਉਹ ਸਟਾਲ ਖਾਲੀ ਪੜੀ ਆ, ਉਹ ਵਾਲਾ ਚੀਜ਼ ਤਾਂ ਹੈ ਹੀ ਨਹੀਂ। ਬਾਕੀ ਸੋਨਾਲੀਕਾ ਨੇ ਉਹ ਦੇਖੋ ਉੱਥੇ ਦੇਖੋ ਉੱਥੇ ਦੇਖੋ ਬਾਈ,
ਲੋ ਬਾਈ ਮਸ਼ੀਨਾਂ ਕੇ ਵੀ ਨਵੇਂ ਨਵੇਂ ਰੰਗ ਆਉ ਨਾ ਤੂੜੀ ਇਕੱਠੀ ਹੋ ਜਾਏ ਸਮਾਂ ਹਾਂਜੀ ਠੀਕ ਆ ਠੀਕ ਆ ਉਹ ਚੀਜ਼ ਉਹ ਨਵੀਂ ਮੈਂ ਪਹਿਲੀ ਵਾਰੀ ਦੇਖੀ ਆ ਵੀਰ ਜਦ ਕੇ ਖੇਤੀ ਕਰਨ ਲੱਗੇ ਅੱਛਾ ਇਹ ਦੇਖੋ ਇੱਧਰ ਵੀ ਦੇਖੋ ਉਹ ਤੇਰੀ ਬਸ ਵੀਰੇ ਬਸ ਬੈਗ ਪਏ ਆ ਸਾਰੇ ਓ ਰੱਸੀ ਕਾ ਘੋੜਾ ਗਿਰ ਗਿਆ ਬਾਕੀ ਜ਼ਿਆਦਾ ਨੌਲੇਜ ਵੀਰੇ ਕੱਲ ਨੂੰ ਦੇਵਾਂਗੇ ਤੁਹਾਨੂੰ ਦਿਲਪ੍ਰੀਤ ਕੀ ਹੈ ਅੱਛਾ ਦਿਲਪ੍ਰੀਤ ਵੀਰੇ ਨੂੰ ਵੀ ਪਤਾ ਇਹ ਚੀਜ਼ਾਂ ਦਾ ਨਾ ਨਾ ਯਾਰ ਉਹਦਾ ਚੀਜ਼ ਨਵੀਂ ਹੈ ਯਾਰ ਬਾਕੀ ਮਿੱਤਰੋ ਇਹ ਮੂੰਗੀ ਮੰਗੀ ਜਿਹੜੀ ਗੁਬਾਰਾ ਗਬੂਰਾ ਵੱਢਣੇ ਵਾਸਤੇ ਆਏ ਉਹ ਟੋਕਰੀ ਬਣੀ ਹੋਈ ਆ ਇੱਧਰ ਕਟਰ ਵੱਢ ਰਿਹਾ ਨਹੀਂ ਕੱਲ ਨੂੰ ਟਰੈਕਟਰ ਵੀ ਤਾਂ ਕੰਮ ਆ ਜਾਣਾ ਵੀਰੇ ਮੰਨ ਕੇ ਚੱਲ ਮਸ਼ੀਨ ਛੇ ਮਹੀਨੇ ਖੜੀ ਆ ਜਿਹੜੇ ਵੀਰਾਂ ਨੇ ਕੰਮ ਲੈਣਾ ਉਹ ਟਰੈਕਟਰ ਵੀ ਕੰਮ ਕਾ ਹੈ ਹੈ ਦਿਲਪ੍ਰੀਤ ਮਗਾਮੋ ਸਾਹਮਣੇ ਟੱਕਰ ਹੋ ਗਈ ਪਿੱਛਾ ਕਰਤਾਰ ਆ ਗਏ ਇੱਧਰ ਨਹਿ ਆ ਗਏ ਠੀਕ ਆ ਠੀਕ ਆ ਬਾਕੀ ਮਿੱਤਰੋ ਹੋਰ ਵੀ ਸਾਰੀ ਕੁਛ ਤੁਹਾਨੂੰ ਜੋ ਚੀਜ਼ ਆ ਕੱਲ੍ਹ ਨੂੰ ਦੇਖਣੇ ਜ਼ਰੂਰ ਆਇਓ ਬੰਦਾ ਆਪਾਂ ਤਾਂ ਕਹਿ ਸਕਾਂ ਆਪਣੇ ਇਲਾਕੇ ਮੈਂ ਜ਼ਰੂਰ ਆਓ ਬਾਈ ਬਾਕੀ ਮਿੱਤਰੋ ਅੱਜ ਦੀ ਵੀਡੀਓ ਆਪਾਂ ਸਮਾਪਤੀ ਕਰਾਂ ਵੀਡੀਓ ਵਧੀਆ ਲੱਗੀ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਸ਼ੇਅਰ ਕਰ ਦਿਓ ਮਿੱਤਰੋ ਥੈਂਕ ਯੂ